ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਖ ਜੌੜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਅੱਜ ਫਿਰ ਤੋਂ ਅ ਪਹਿਲਾਂ ਤਾਂ ਬਾਈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਲਵ ਜੂ ਤੁਸੀਂ ਆਪਣੀ ਪਹਿਲੜੀ ਵੀਡੀਓ ਨੂੰ ਬਹੁਤ ਸਪੋਰਟ ਕੀਤੀ ਆ ਹਨਾ ਜੀ ਅ ਤੇ ਆਉਣਿਆ ਬਾਈ ਆਪਾਂ ਵੀਡੀਓ ਤੇ ਜਿਹੜਾ ਅੱਜ ਆਪਣਾ ਟੌਪਿਕ ਆ ਉਹ ਆ ਕਿ ਮੈਂ ਪਹਿਲਾਂ ਬਾਈ ਦੇਖੋ ਮੈਂ ਤੁਹਾਨੂੰ ਦੱਸਾਂ ਕਿ ਮੈਂ ਇਹ ਨਹੀਂ ਹੈਗਾ ਵੀ ਅੱਜ ਤੋਂ ਹੀ ਮੈਂ ਹੁਣ 2 ਸਾਲ ਹੋ ਗਏ ਮੈਂ ਇੱਥੋਂ ਹੀ ਵਰਕਆਊਟ ਸਟਾਰਟ ਕੀਤਾ ਤੇ ਇਹ ਚੀਜ਼ ਚ ਪੈ ਗਿਆ ਠੀਕ ਆ ਇਹ ਚੀਜ਼ ਨਾ ਕਰਨ ਲੱਗ ਗਿਆ ਪਰਫੈਕਟ ਹਨਾ ਵੀ ਹਾਂ ਵਰਕਆਊਟ ਹਾਰਡ ਵਰਕਆਊਟ ਕਰਨ ਲੱਗ ਗਿਆ ਪਹਿਲਾਂ ਭਾਈ ਮੈਂ ਵੀ ਨਾ ਮੀਨ ਨਾ ਕਿ ਜਿੰਮ ਲਾਉਣੀ ਫਿਰ ਹਟ ਜਾਣਾ ਮੈਨੂੰ ਆ ਵੀਡੀਓ ਦੇਖ ਲੈਣੀਆਂ ਜਾਂ ਕਿਸੇ ਦੀ ਹਨਾ ਮਾਈਕਲਵ ਦੀਆਂ ਦੇਖ ਲੈਣੀਆਂ ਵੀਡੀਓ ਜਾਂ ਕੋਈ ਹੋਰ ਸਟੰਟ ਮੂਵਜ਼ ਦੀਆਂ ਕੈਲਿਸਥੈਨਿਕ ਦੀਆਂ ਮੈਨੂੰ ਆ ਹੁਣ ਵੀ ਜਰ ਹੁਣ ਦੇਖੀ ਭਾਂਦੇ ਜਾਂ ਕੋਈ ਕਬੱਡੀ ਵਾਲੇ ਪਲੇਅਰ ਦੀਆਂ ਦੇਖ ਲੈਣੀਆਂ ਵੀ ਹੁਣ ਬੱਸ ਪੂਰੀ ਅੱਗ ਕੱਢਾਂਗੇ ਤੇ ਮੈਂ ਪੂਰਾ ਮੋ ਕੀ ਹੁੰਦਾ ਸੀਗਾ ਮਹੀਨਾ ਪੂਰਾ ਜ਼ੋਰ ਲਾਉਣਾ ਵਰਕਆਊਟ ਕਰਨਾ ਫਿਰ ਮਹੀਨੇ ਕੁ ਬਾਅਦ ਬੈਨੀਫਿਟ ਜਾ ਕੋ ਨਾਮ ਮਿਲਣਾ ਵੀਰ ਨਹੀਂ ਬਣਦੀ ਨਹੀਂ ਗੱਲ ਜੀ ਫਿਰ ਹਟ ਜਾਣਾ ਹਨ ਤੇ ਉਦੋਂ ਮੈਂ ਮੇਰੇ ਨਾਲ ਬੜੇ ਬਾਰ ਐਵੇਂ ਹੁੰਦਾ ਸੀਗਾ ਤਾਂ 4 ਸਾਲ ਮੈਂ ਐਂ ਕੀਤਾ ਸਾਲ ਦੇ ਵਿੱਚ 2-3 ਮਹੀਨੇ ਮੈਂ ਸੀ ਮਿਹਨਤ ਲਾਉਂਦਾ ਸੀ ਮਤਲਬ ਕਿ ਪ੍ਰੈਕਟਿਸ ਕਰਦਾ ਸੀਗਾ ਬਟ ਹੁਣ ਜਦੋਂ ਮੈਂ ਕੈਲਿਸਥੈਨਿਕ ਸਟਾਰਟ ਕੀਤੀ ਉਦੋਂ ਮੈਂ ਇੱਕ ਗੱਲ ਸੋਚੀ ਸੀ ਮਤਲਬ ਕਿ ਮੈਂ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹਣਾ ਹੈਗਾ ਕਿ ਆਪਾਂ ਕਿਵੇਂ ਹਮੇਸ਼ਾ ਮੋਟੀਵੇਟਡ ਰਹਿ ਸਕਦੇ ਹਣਾ ਕਿਉਂਕਿ ਆਪਾਂ ਬਾਈ ਦੇਖੋ ਇਨਸਾਨ ਆ ਹਣਾ ਰੋਬੋਟ ਤਾਂ ਹੈ ਨਹੀਂ ਵੀ ਆਪਾਂ ਡੀਮੋਟੀਵੇਟ ਨਹੀਂ ਹੋਵਾਂਗੇ ਆਪਣਾ ਮੀਰਾ ਵੀ ਕਦੇ ਕਦੇ ਦਿਲ ਹੋ ਜਾਂਦਾ ਵੀ ਯਾਰ ਸਾਡ ਉੱਪਰ ਵੀ ਜ਼ੋਰ ਲਾਈ ਨਾ ਐ ਕਰੀ ਜਨਾ ਹਣਾ ਬਟ ਦੇਖੋ ਜੇ ਆਪਾਂ ਇਹ ਸਟਾਰਟ ਚੀਜ਼ ਸਟਾਰਟ ਕਰਨੇ ਕੋਈ ਵੀ ਆਪਣੀ ਫੀਲ ਆ ਗਈ ਹਣਾ ਆਪਾਂ ਉਹਦੇ ਵਿੱਚ ਸਕਸੈਸ ਹੋਣਾ ਚਾਹੁੰਦੇ ਆ ਤਾਂ ਉਦੋਂ ਮੈਂ ਕੀ ਸੋਚਿਆ ਸੀ ਮੈਂ ਇੱਕ ਗੱਲ ਸੋਚੀ ਸੀ ਕੀ ਬਹੁਤ ਟਾਈਮ ਹੋ ਗਿਆ ਵੀ ਚਲ ਹਾਂ ਤੂੰ ਮੋਟੀਵੇਟ ਹਾਂ ਕਰਦੇ ਵੀ ਜਿੰਮ ਲਾਉਣਾਗਾ ਉਦੋਂ ਮੈਂ ਸਟਾਰਟ ਕਰਨਾ ਸੀਗਾ ਮੈਂ ਇੱਕ ਗੱਲ ਸੋਚੀ ਮੈਂ ਆ ਵੀ ਦੇਖ ਤੂੰ ਸਟਾਰਟ ਕਰਨ ਲੱਗਿਆ ਸਟਾਰਟ ਕਰਤੀ ਚੀਜ਼ ਵੀ ਤੈਨੂੰ ਨੁਕਸਾਨ ਆ ਹੁੰਦਾ ਕੱਲ ਨੂੰ ਕੋਈ ਤੈਨੂੰ ਕੋਈ ਫਾਇਦਾ ਹੁੰਦਾ ਤੈਨੂੰ ਦੇ ਵਿੱਚੋਂ ਫਾਇਦਾ ਮਿਲਦਾ ਨਹੀਂ ਮਿਲਦਾ ਤੇ ਤੇਰਾ ਕੋਸ ਅੱਗੇ ਜਾ ਕੇ ਕੋ ਬਣਦਾ ਨਹੀਂ ਬਣਦਾ ਕੋਸ ਮਰਜੀ ਉਹ ਗੱਲਾਂ ਵੀ ਅੱਡ ਪਈਆਂ ਨੇ ਸਾਈਡ ਤੇ ਪਈਆਂ ਨੇ ਉਹ ਗੱਲਾਂ ਠੀਕ ਆ ਵੀ ਕਾਲੂ ਕੀ ਹੋਊਗਾ ਸਟਾਰਟ ਕਰਦਾਗਾ ਵੀ ਉਹ ਸਾਰੀਆਂ ਗੱਲਾਂ ਅੱਡ ਸਾਈਡ ਤੇ ਪਈਆਂ ਨੇ ਤੂੰ ਕੀ ਕਰਨਾਗਾ ਡੇਲੀ ਇੱਕ ਸਾਲ ਵਰਕਆਊਟ ਕਰਨਾਗਾ ਇੱਕ ਸਾਲ ਨਹੀਂ ਮਤਲਬ ਕਿ ਵੀ ਉਦੋਂ ਮੈਂ ਇੱਕ ਮਤਲਬ ਕਿ ਉਹ ਆਪਦੇ ਮਾਈਂਡ ਨੂੰ ਗੋਲ ਦਿੱਤਾ ਸੀ ਕਿ ਇੱਕ ਸਾਲ ਤੱਕ ਵੀ ਇਹੋ ਜਿਹੇ ਦਿਨ ਨਹੀਂ ਹੋਊਗਾ ਵੀ ਜਦੋਂ ਤੂੰ ਵਰਕਆਊਟ ਨਹੀਂ ਕਰੇਗਾ ਮੈਂ ਆਪਦੇ ਮਾਈਂਡ ਨੂੰ ਉਹ ਦਿੱਤਾ ਸੀ ਗੋਲ ਦਿੱਤਾ ਸੀ ਇੱਕ ਤੇ ਮੈਂ ਕਿਹਾ ਵੀ ਡੇਲੀ ਇੱਕ ਘੰਟਾ ਆਪਦੇ ਸਰੀਰ ਲਈ ਵਰਕਆਊਟ ਕਰਨਾ ਤੂੰ ਇੱਕ ਘੰਟਾ ਕੱਢਣਾ ਹੀ ਕੱਢਣਾ ਚਾਹੇ ਜਿਹੜਾ ਕੋਸ ਮਰਜ਼ੀ ਹੋਵੇ ਚਾਹੇ ਰਾਤ ਨੂੰ ਆਕੇ ਲਾਵੇਂ ਚਾਹੇ ਸਵੇਰੇ ਜਾਵੇਂ ਚਾਹੇ ਸਾਰਾ ਦਿਨ ਤੱਕ ਕੋਈ ਕੰਮ ਆਗਾ ਫਿਰ ਵੀ ਜਦੋਂ ਤੇਰਾ ਟਾਈਮ ਲੱਗਦਾ ਤੂੰ ਉਹੋ ਵਰਕਆਊਟ ਕਰਨੀ ਕਰਨਾਗਾ ਵੀ ਇੱਕ ਘੰਟਾ ਦੇਣੀ ਦੇਣਾ ਆਪੇ ਸ਼ਰੀਰ ਨੂੰ ਇੱਕ ਗੱਲ ਤਾਂ ਮੈਂ ਸੋਚੀ ਮਤਲਬ ਕਿ ਜੌਬ ਸਮਝ ਲਈ ਮੈਂ ਵੀ ਇੱਕ ਸਾਲ ਲਈ ਮੇਰੀ ਜੌਬ ਲੱਗ ਗਈ ਉਹ ਮੈਂ ਕਰਨੀ ਹੂ ਜਿਹੜਾ ਕੋਸ ਮਰਜ਼ੀ ਹੋ ਜੇ ਤੇ ਡਾਈਟ ਮੈਂ ਵਧੀਆ ਲੈਣ ਲੱਗ ਗਿਆ ਹਣਾ ਡਾਈਟਰ ਤਾਂ ਮੈਨੂੰ ਹੁੰਦੀ ਸੀ ਆਪਣੀ ਮਿਹਨਤ ਆ ਬਈ ਡਾਈਟ ਹੀ ਹੁੰਦੀ ਦੇਖੋ ਹਣਾ ਤੇ ਡਾਈਟ ਮੈਂ ਵਧੀਆ ਲੈਣ ਲੱਗ ਗਿਆ ਕਲੀਅਰ ਕਰ ਲਈ ਆਪਣੀ ਡਾਈਟ ਇਹ ਨਹੀਂ ਹੈਗਾ ਵੀ ਇੱਕਦਾਂ ਟਾਈਟ ਡਾਈਟ ਚੱਕਤੀ ਹੌਲੀ ਪਹਿਲਾਂ ਬਨਾਣਾ ਖਾਣ ਲੱਗਾ ਫਿਰ ਆਂਡੇ ਹੋ ਗਏ ਇਹ ਚੀਜ਼ਾਂ ਹੌਲੀ ਹੌਲੀ ਸਟਾਰਟ ਕਰਦੇ ਹਾਂ ਠੀਕ ਹੈ ਮਤਲਬ ਕਿ ਮੇਰਾ ਕਹਿਣ ਦਾ ਮਤਲਬ ਇਹ ਹੀ ਆ ਕਿ ਜਦੋਂ ਤੁਸੀਂ ਸੋਚਦੇ ਹੋ ਸਮਝ ਲਓ ਤੁਸੀਂ ਮੇਰੀਆਂ ਵੀਡੀਓ ਦੇਖ ਲੈਣੇ ਹੋ ਹਨਾ ਵੀ ਸੌਖਾ ਜਾਲ ਵੀ ਹਜਰ ਹੁਣ ਦੇਖੇ ਤੂੰ ਜੱਬ ਕੱਢਦੇ ਪੂਰੇ ਵਰਕਆਊਟ ਕਰਾਂਗੇ ਮਿਹਨਤ ਲਾਉਣ ਲੱਗੇ ਨੇ ਉਹ ਮਹੀਨਾ ਕਰਾਉਣੇ ਬਾਈ ਦੇਖੋ ਮਹੀਨੇ ਦੋ ਮਹੀਨੇ ਦੇ ਵਿੱਚ 6 ਮਹੀਨੇ ਦੇ ਵਿੱਚ ਸਾਲ ਦੇ ਵਿੱਚ ਜੇ ਬੰਦਾ ਚਾਹੇ ਫਿਰ ਤਾਂ ਬਾਈ ਸਾਰੀ ਦੁਨੀਆ ਇੰਨੀ ਉਹ ਹੋ ਜਾਵੇ ਠੀਕ ਹੈ ਨਾ ਫਿਰ ਸਾਰੀ ਦੁਨੀਆ ਬਸ ਐਂ ਪੂਰੀ ਫਿੱਟ ਹੋ ਗਏ ਜੇ ਸਾਲ ਦੇ ਵਿੱਚ ਹੀ ਕੋਸੇ ਤਿੰਨ ਚਾਰ ਮਹੀਨਿਆਂ ਚ ਹੀ ਬੰਦੇ ਦਾ ਕੋਸ ਮਣਦਾ ਹੋਵੇ ਠੀਕ ਹੈ ਨਾ ਇਸ ਕਰਕੇ ਤੁਸੀਂ ਸਾਲ ਦਾ ਇੱਕ ਸਾਲ ਦਾ ਉਹ ਕਰੋ ਵੀ ਹਾਂ ਯਾਰ ਵਰਕਆਊਟ ਕਰਨਾਗਾ ਤੇ ਇਹ ਨਾ ਸੋਚੋ ਵੀ ਇੱਕ ਦੋ ਤਿੰਨ ਮਹੀਨਿਆਂ ਚ ਆਪਾਂ ਕੋਸ ਬਣ ਜਾਾਂਗੇ ਤੇ ਇਹ ਇਹ ਨਾਲ ਇਹੋ ਗੱਲਾਂ ਸਾਈਡ ਤੇ ਧਰ ਦੋ ਵੀ ਕੋਈ ਫਾਇਦਾ ਮਿਲਣਾ ਇਹ ਮਿਲਣਾ ਬਹੁ ਮਿਲਣਾ ਕਿ ਕਿੱਧਰ ਨੂੰ ਜਾਵਾਂ ਕਿ ਉਹ ਸਾਰੀਆਂ ਗੱਲਾਂ ਸਾਈਡ ਤੇ ਧਰ ਦੋ ਆਪਦੇ ਦਿਮਾਗ ਨੂੰ ਕਹੋ ਵੀ ਤੂੰ ਡੇਲੀ ਕੰਟ ਆਪਦੇ ਸਰੀਰ ਨੂੰ ਦੇਣਾ ਜੌਬ ਆ ਤੇਰੀ ਇਹ ਜੋਬ ਲੱਗੀ ਚਾਹੇ ਇੱਕ ਘੰਟਾ ਕਰ ਦੋ ਜੇ ਤੁਸੀਂ ਵੱਧ ਕਰਦੇ ਤਾਂ ਵੱਧ ਰੱਖੋ 2 ਘੰਟੇ 3 ਘੰਟੇ ਜਿੰਨਾ ਵੀ ਉਹ ਦੋ ਟਾਈਮ ਤਿੰਨ ਟਾਈਮ ਆ ਤੇ ਦਿਮਾਗ ਨੂੰ ਕੋਈ ਵੀ ਇਹ ਮੇਰੀ ਜੋਬ ਆ ਇਹਦੇ ਵਿੱਚੋਂ ਮੈਨੂੰ ਇਹਦਾ ਕੋਈ ਨੌਕਰੀ ਪੇ ਮਿਲੇ ਚਾਹੇ ਨਾ ਮਿਲੇ ਮੈਂ ਇਹ ਕਰਨੀ ਕਰਨੀ ਆ ਠੀਕ ਆ ਜੀ ਇਹ ਗੱਲ ਨੋਟ ਕਰਕੇ ਦੇਖਿਓ ਤੇ ਅੱਜ ਤੋਂ ਵਰਕਆਊਟ ਜੋ ਸਟਾਰਟ ਕਰੋਗੇ ਹੁਣ ਜਿਹੜੇ ਮੇਰੇ ਵੀਰ ਕਹਿੰਦੇ ਆ ਵੀ ਹਾਂ ਯਾਰ ਬਸ ਥੋੜੇ ਦਿਨ ਲਾ ਕੇ ਹਟ ਜਾਂਦੇ ਆ ਉਹ ਵੀਰਾਂ ਲਈ ਇੱਕ ਇਹ ਸਪੈਸ਼ਲ ਗੱਲ ਆ ਤੇ ਆਹ ਗੱਲ ਤੇ ਗੌਰ ਕਰਿਓ ਕਿ ਅੱਜ ਤੋਂ ਬਾਅਦ ਆਹ ਚੀਜ਼ ਕਰਨੀ ਆ ਸਿ ਚਾਹੇ ਪਹਿਲਾਂ ਤੇ ਘੰਟੇ ਤੋਂ ਕਰ ਲਿਓ ਬਟ ਕਰਕੇ ਦੇਖੋ ਜਰੂਰ ਕਰਕੇ ਦੇਖੋ ਤੁਹਾਨੂੰ ਬੈਨੀਫਿਟ ਜਰੂਰ ਮਿਲਣਾ ਤੇ ਬਾਕੀ ਜੀ ਆਪਣੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਲਵ ਯੂ ਸਾਰਿਆਂ ਨੂੰ ਅਗਲੀ ਵੀਡੀਓ ਜਲਦੀ ਲੈ ਕੇ ਆਵਾਂਗੇ